ਅਜ਼ਾਬ ਮੈਂ ਪਾਇਆ ਕਿ ਅਜ਼ਾਬ ਤੁਸੀਂ ਪਾਇਆ? ਮੈਂ ਕੀ ਪਾਇਆ ਅਜ਼ਾਬ? ਵੇਖੋ ਜੀ, ਦੋ ਮੇਰੇ ਕੋਲ ਸੂਟ ਸਨ, ਉਹ ਮੈਂ ਧੋਬੀ ਨੂੰ ਦੇ ਆਇਆ ਤੇ ਪਰਚੀ ਮੇਰੇ ਕੋਲ ਗਵਾਚ ਗਈ ਹੈ। ਆ ਮੈਂ ਆਪਣੀ ਜਨਾਨੀ ਦੇ ਕੱਪੜੇ ਪਾਏ ਹੋਏ। ਆ ਮੈਨੂੰ ਜੇ ਲੱਗ ਜਾਵੇ ਦੁਕਾਨ ਤੇ ਮੈਂ ਨੱਕ ਵੀ ਸਾਫ਼ ਨਹੀਂ ਕਰ। ਆ ਮੈਂ ਬਾਹਰ ਨਿਕਲੇ ਤੇ ਪਿੱਛੋਂ ਇੱਕ ਬੱਚਾ ਮੈਨੂੰ ਚੁੱਕ ਕੇ ਪਿੱਛੋਂ ਮੈਨੂੰ ਆਉਂਦਾ, ਸੁਪਰਮੈਨ। ਉਹ ਸਾਰਾ ਕੁਛ ਛੇਕ ਕੇ ਲੈ ਗਿਆ। ਮੈਂ ਫਿਰ ਪੱਠੇ ਬੰਨ ਕੇ ਤੇ ਟੁਰਿਆ ਵਾਂ ਤੇ ਪਿੱਛੋਂ ਬੱਕਰੀ ਖਾ ਗਈ। ਕਿਹਦਾ ਮੈਂ ਬੈਲਾ ਲੱਗਦਾ ਉਸ ਉੱਥੇ। ਮੈਂ ਫਿਲਮਾਂ ਦਾ ਇਸ਼ਤਿਹਾਰ ਵੇਖ ਲਵਾਂ। ਫਿਰ ਬੰਦਾ ਵੱਜਾ ਵੱਜਾ ਮੈਨੂੰ ਕਹਿੰਦਾ, ਓਏ ਓਏ ਓਏ, ਇਹ ਕਿੱਥੇ ਲੱਗੀ ਹੋਈ? ਅਜ਼ਾਬ ਮੇਰੇ ਗੱਲ ਹੈ ਕਿ ਤੁਹਾਡੇ ਗੱਲ ਹੈ? ਚਬੁਰਜੀ ਤੇ ਮਾਸੀ ਟਰਾਲੇ ਤਲੇ ਆ ਗਏ ਤੇ ਮੇਰੀ ਸ਼ਾਦੀ ਟੈਨਸ਼ਨ। ਖੁਦਾ ਦਾ ਵਾਸਤਾ, ਜੇ 4 ਸਾਲ ਹੋ ਗਏ ਨੇ ਮੇਰੀ ਸ਼ਾਦੀ, ਅਖੀਰ ਮੈਂ ਵੀ ਕਣਕ ਖਾਣਾ। ਮੈਂ ਤੇਰੇ ਨਾਲ ਬਦਤਮੀਜ ਕੀਤੀ ਹੈ। ਟੀਵੀ ਚੁਕਾ ਹੋਏ, ਇਹਦੇ ਮੈਂ ਮੂੰਹ ਦੇ ਉੱਤੇ ਮਾਰਾਂ। ਜ਼ਲੀਲ ਦਾ ਬੱਚਾ ਨਾ ਵੇ, ਜ਼ਲੀਲ ਦਾ ਸੋਸ਼ਲ ਮੀਡੀਆ ਕਰ। ਹਾਂ, ਟੀਵੀ ਵੇਖ, ਆਪਣੇ ਜਾਇਦਾਦ ਵਿੱਚ ਲੈ ਕੇ ਆਇਆ। ਇੱਕ ਵੀ ਗੰਦਾ ਚੈਨਲ ਨਹੀਂ ਹੁੰਦਾ ਇਹਦੇ ਤੇ। ਯਾਰ ਸਾਰਿਆ, ਤੂੰ ਕੀ ਕਰਨਾ ਗੰਦਾ ਚੈਨਲ? ਫਰਮਾਨੇ ਲਈ ਸੁਣ ਕੇ ਸੌ ਜਾਇਆ ਕਰ ਜੀ। ਹੋਈ ਤੇਰੀ ਸੇਹ, ਇਹਨੂੰ ਬੜਾ ਗੁੱਸਾ ਕਿਉਂ ਚੜਿਆ? ਕਿਉਂ ਚੜਿਆ? ਇਹਦੀਆਂ ਭੈਣਾਂ ਡਰਾਮਿਆਂ ਦੇ ਵਿੱਚ ਆਈਆਂ, ਨੱਚਦੀਆਂ ਨੇ। ਉਹ ਜੁਗਤਾ ਕਰ, ਤੂੰ ਤੇ ਭੇਤ ਖੋਲਣ ਲੱਗ ਪਿਆ ਹੈ। ਜਿਹੜੀ ਐਂ ਜਾਈ ਨੱਚਦੀ ਤਾਂ ਫੇਰ ਕੀ ਹੋਇਆ? ਹੋਰੇ ਕਿਹੜੀ ਮਜਬੂਰੀ ਵਿਚਾਰੇ ਨੂੰ ਜਿਹੜੀ ਐਂ ਜਾਈ ਨੱਚਦੀ ਆ? ਆ ਜਿਹੜੀ ਆ ਕੁੜੀਆਂ ਡਰਾਮੇ 'ਚ ਐਂ ਜਾਈ ਨੱਚਦੀਆਂ, ਇਹਨਾਂ ਦੇ ਬੜੇ ਜ਼ੁਲਮ ਹੋਏ ਹੁੰਦੇ ਨੇ। ਅੱਛਾ ਜੀ। ਹਾਂ ਜੀ, ਤਾਂ ਹੀ ਇਹਨਾਂ ਦੇ ਘਰ ਫੀਨੇ ਬੱਚੇ ਪੈਦਾ ਹੁੰਦੇ। ਤੁਸੀਂ ਸਾਰੇ, ਤੁਸੀਂ ਸਾਰੇ ਉਹਨਾਂ ਰਲੇ ਹੋ, ਸਿਰਫ ਉਹਦੀ ਮਾਂ ਚਿੱਟੀ, ਹੋਰ ਗੱਲ ਕੋਈ ਨਹੀਂ ਵਿੱਚ। ਯਾਰ ਮੈਂ ਆਪਣੇ ਅਲਫਾਜ਼ ਵਾਪਸ ਲੈਣਾ, ਮੈਨੂੰ ਮਾਫ ਕਰ ਦੇ ਯਾਰ, ਫੀਨੇ ਬੱਚੇ ਨਹੀਂ ਹੁੰਦੇ ਜੀ। ਫਿਰ ਕੀ ਹੋਇਆ? ਮੈਂ ਹੋਰ, ਮੈਂ ਸੀਰੀਅਸ ਗੱਲ ਕਰ ਰਿਹਾ ਵੀ ਦੌਰ ਹੀ ਹੋਰ ਆ ਗਿਆ। ਦੌਰ ਹੀ ਹੋਰ ਆ ਗਿਆ ਭਾਈ ਜੀ। ਕੀ ਇਹ ਮੁੰਡਿਆਂ ਨਾਲ ਨਹਿਰ ਤੇ ਨਹਾਉਣ ਨਹੀਂ ਜਾਂਦੀ ਆ? ਕੇਬਲ ਹੋਰ ਪਾਕਿਸਤਾਨ ਚ ਚਲ ਗਈ, ਸਾਰੇ ਰਿਸ਼ਤੇ ਮੁੱਕ ਜਾਂਦੇ, ਨਾ ਕੋਈ ਮਾਂ, ਨਾ ਕੋਈ ਪਿਓ, ਨਾ ਕੋਈ ਭੈਣ, ਨਾ, ਮੈਂ ਤੁਹਾਨੂੰ ਸਹੀ ਦੱਸ ਰਿਹਾ। ਬਾਹਰ 5-6 ਬੰਦੇ, ਇੱਕ ਬੰਦੇ ਨੂੰ ਕਹੀ ਜਾ ਰਿਹਾ ਕੰਜਰੀ ਹੋਏ, ਕੰਜਰੀ ਹੋਏ, ਕੰਜਰੀ ਹੋਏ। ਅੱਛਾ ਜੀ, ਉਹ ਕੋ ਕਹਿਣ ਡਿਆ? ਅੱਛਾ ਜੀ, ਉਹਦੇ ਪਿਓ ਨੂੰ ਫੜ ਕੇ ਘਸੀਟਣ ਡੈ ਸਨ। ਉਹ ਕਰਨ ਮਾਵਾਂ ਭੈਣਾਂ ਦੀਆਂ ਗੰਦੀਆਂ ਗਾਲਾਂ, ਨੰਗੀਆਂ ਗਾਲਾਂ ਕੱਢ ਰਹੇ ਸਨ ਉਹਨਾਂ ਨੂੰ ਗੰਦੀਆਂ। ਉਹ ਕੋ ਚੁੱਪ ਅਫਸੋਸ ਕਰ ਲੋ, ਇਹਨੇ ਰੋਟੀ ਛੱਡਦੀ, ਉਹ ਕਿਉਂ ਨਿਕਲਦੀ ਨੀ ਸੀ ਯਾਰ? ਨਿੱਕੀ ਨਿੱਕੀ ਗੱਲ ਤੋਂ ਨਾ ਹੱਸਿਆ ਕਰ, ਤੇ ਫਿਰ ਗੱਲ ਨਹੀਂ ਕਰਦੇ। ਐਸਾ ਬਗੈਰਤ ਬੰਦਾ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਵੇਖਣਾ। ਆਪਣੀ ਨਾ ਬੀਵੀ ਦੇ ਨਾਲ ਜਹਾਜ਼ ਵਿੱਚ ਬੈਠਾ, ਆ ਇਹਦੀ ਬੀਵੀ ਬੈਠੀ, ਆ ਇਹ ਬੈਠਾ, ਇਹ ਰੋਸ ਸਾਹਿਬ ਨੇ ਇੱਧਰਲੇ ਬੰਦੇ ਨੂੰ ਪੁੱਛਿਆ ਆਪ ਕਿਆ ਲੈਂਗੇ? ਉਹ ਆਉਂਦਾ ਥੱਲੇ ਉਤਰ ਕੇ ਟੈਕਸੀ, ਉਹਨੂੰ ਆਉਂਦਾ ਇੱਥੇ ਇਹਨਾਂ ਦੇ ਦੇਈਏ। ਤੂੰ ਕਿਉਂ ਖੁਸ਼ ਹੈ? ਮੈਂ ਇਧਰਲਾ ਬੰਦਾ ਸਾਂ।
ਘਰੋਂ ਨਿਕਲੇ ਤੇ ਵੇਖੇ ਬਦਾਮੀ ਬਾਗ ਵੇਖੇ ਘਰੋਂ ਨਿਕਲੇ ਤੇ ਵੇਖੇ ਤੂੰ ਕਦੀ ਰਿਆਸ ਨੂੰ ਵੇਖਿਆ ਨਹੀਂ ਘਰ ਰਵੇ ਤੇ ਵੇਖੇ ਨਾਸ਼ਤਾ ਕੀਤਾ ਅਮਰੂਦ ਲੈਣ ਗਿਆ ਮੈਂ ਅਮਰੂਦ ਕੱਟਿਆ ਵਿੱਚ ਕੀੜਾ ਨਿਕਲ ਆਇਆ ਮੈਂ ਕਿਹਾ ਚਾਚਾ ਜੀ ਇਹਦੇ ਵਿੱਚ ਕੀੜਾ ਆਂਦਾ ਪੋਤਰੇ ਨਾਨੇ ਵੀ ਇੱਥੋਂ ਹੀ ਖਾਣਾ ਇਨਾਨੀਆਂ ਕਿਹੜੀਆਂ ਬਹਿ ਗਏ ਨੇ ਚੱਲ ਲਈਏ ਤੇਰਾ ਪਿਓ ਪੀਪਲ ਪਾਰਟੀ ਚ ਮੁਸਲਿਮ ਲੀਗ ਚ ਆਂਦਾ ਇਸ ਗੱਲ ਦਾ ਤਾਂ ਮੈਨੂੰ ਪਤਾ ਨੀ ਇਸ ਵੇਲੇ ਬਾਥਰੂਮ ਕੀ ਬਕਵਾਸ ਹੋ ਰਹੀ ਹੈ ਮੈਂ ਕਹਿ ਰਿਹਾ ਤੁਸੀਂ ਨਾ ਕਹਿ ਰਹੇ ਇਹਨੇ ਇੱਥੇ ਵਿਆਹ ਕਰਨਾ ਹੈ ਆਹੋ ਤੇ ਮੈਂ ਇਸ ਘਰ ਤੇ ਨਹੀਂ ਰਹਾਂ ਨਹੀਂ ਆ ਵੇ ਮੈਂ ਤੇਰੇ ਨਾਲ ਉੱਠ ਜਾ ਨਹੀਂ ਨਹੀਂ ਓ ਯਾਰ ਇਹ ਤਾਂ ਸੁਣੋ ਹੂਈ ਕੱਲ ਤੂੰ ਤੇ ਵੇਖਿਆ ਤੁਹਾਨੂੰ ਨਹੀਂ 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 ਕੱਲ ਤੂੰ ਤੇ ਵੇਖਿਆ ਓ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਹਾਂ ਉਹ ਤੁਹਾਡੇ ਘਰ ਸ਼ਾਦੀ ਸੀ ਹਾਂ ਤੁਹਾਡੀ ਛੋਟੀ ਸਿਸਟਰ ਦੀ ਹਾਂ ਹਾਂ ਮੈਂ ਲਾੜਾ ਬਣਿਆ ਹੋਇਆ ਸਾਂ ਮੈਂ ਪਾ ਲਾਂਗਾ ਉਹ ਭਾਵੇਂ ਨਾ ਪਾਵੇ ਵਜਾ ਮੇਰੀ ਸੱਸ ਦਾ ਜਦੋਂ ਇਹ ਤੁਰਕੀ ਚ ਡਾਂਸ ਕਰਦੀ ਹੁੰਦੀ ਸੀ ਕੀ ਕੀਤਾ ਹੈ ਦੱਸਣ ਵਾਸਤੇ ਹੈ ਭਾਈ ਜੀ ਪੰਜ ਕਤਲ ਤੇ ਕੋਈ ਚੀਜ਼ ਹੀ ਨਹੀਂ ਥਾਣੇਦਾਰ ਪੰਜਾਬ ਬੰਦੇ ਵੀ ਮਾਰੇ ਹੁਣ ਤੇ ਕੋਈ ਭਾਰੀ ਨਹੀਂ ਸਾਰੀ ਜ਼ਿੰਦਗੀ ਪੁਲਿਸ ਦੀਆਂ ਮਾਰਾਂ ਤੇ ਬਦਮਾਸ਼ਾਂ ਦੀਆਂ ਟੱਕਰਾਂ ਖਾ ਖਾ ਵੱਡੇ ਹੋਏ ਆ ਮਾਰਾ ਡਿੱਪੇ ਇਸ ਤਰ੍ਹਾਂ ਨੀ ਮਾਰੀਦਾ ਤੈਨੂੰ ਮਾਰਨ ਦੀ ਵੀ ਤਮੀਜ਼ ਨਹੀਂ ਉਰੇ ਆਓ ਇੱਧਰ ਆ ਓਏ 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 ਉਹ ਪੁਲਿਸ ਮੁਕਾਬਲਾ ਓ ਬਾਜਾ ਪੁਲਿਸ ਮੁਕਾਬਲਾ ਹੋ ਗਿਆ